ਸਤਿ ਸ਼੍ਰੀ ਅਕਾਲ ਦੋਸਤੋ ਚੈਨਲ ਪੰਜਾਬ ਵੈਦਰ ਟੀਵੀ ਦੇਖ ਰਹੇ ਸਾਰੇ ਹੀ ਸਰੋਤਿਆਂ ਨੂੰ ਜੀ ਆਇਆਂ ਨੂੰ ਜੀ ਇਸ ਵੇਲੇ ਤੇ ਵੱਡੀ ਖਬਰ ਆ ਚੁੱਕੀ ਹੈ ਇੰਗਲੈਂਡ ਦੇ ਵਿੱਚ ਇਨੇ ਰੁਪਏ ਲਗਾ ਕੇ ਲੋਕ ਇੰਡੀਆ ਤੋਂ ਜਾ ਕੇ ਧੜਾ ਧੜ ਹੋਰੇ ਹਨ ਸਿੱਧੇ ਪੱਕੇ ਲੈ ਰਹੇ ਹਨ ਪੀ ਆਰ ਵੀਡੀਓ ਨੂੰ ਪੂਰੀ ਅੰਤ ਤੱਕ ਦੇਖ ਲਿਓ ਪੂਰੀ ਖਬਰ ਦੀ ਜਾਣਕਾਰੀ ਤੁਹਾਨੂੰ ਪ੍ਰਾਪਤ ਹੋ ਸਕੇ ਨਾਲ ਹੀ ਵੀਡੀਓ ਨੂੰ ਲਾਈਕ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਸ਼ੇਅਰ ਕਰਨਾ ਨਾ ਭੁੱਲਿਓ ਜਿਹਾ ਦੋਸਤੋ ਹੁਣ ਇੰਗਲੈਂਡ ਦੇ ਵਿੱਚ ਇਹਨੇ ਰੁਪਏ ਲਗਾ ਕੇ ਸਿੱਧੇ ਲੋਕ ਇੰਡੀਆ ਤੋਂ ਧੜਾ ਧੜ ਪੱਕੇ ਹੋ ਰਹੇ ਹਨ ਪੀਆਰ ਹਾਸਲ ਕਰ ਰਹੇ ਹਨ ਬਹੁਤ ਸਾਰੇ ਦੇਸ਼ਾਂ ਦੇ ਵੱਲੋਂ ਇੰਗਲੈਂਡ ਜਾਣ ਦਾ ਸੁਪਨਾ ਦੇਖਿਆ ਜਾਂਦਾ ਹੈ ਤੇ ਸਰਕਾਰ ਦੇ ਵੱਲੋਂ ਵੀਜ਼ਾ ਨਿਯਮਾਂ ਵਿੱਚ ਬਹੁਤ ਸਾਰੇ ਬਦਲਾਅ ਕੀਤੇ ਗਏ ਹਨ ਜਿਸ ਦੇ ਤਹਿਤ ਇੰਗਲੈਂਡ ਦੀ ਸਰਕਾਰ ਦੇ ਵੱਲੋਂ ਵੱਡੇ ਨਿਵੇਸ਼ਕਾਂ ਨੂੰ ਉੱਥੇ ਜਾ ਕੇ ਵਸਣ ਦੇ ਲਈ 골ਡਨ ਵੀਜ਼ਾ ਦਿੱਤਾ ਜਾ ਰਿਹਾ ਹੈ ਤੇ ਇਸ ਦੀ ਸ਼ੁਰੂਆਤ ਸਰਕਾਰ ਦੇ ਵੱਲੋਂ 2008 ਵਿੱਚ ਕੀਤੀ ਗਈ ਸੀ ਬ੍ਰਿਟਾਨੀਆ ਸਰਕਾਰ ਇਮੀਗ੍ਰੇਸ਼ਨ ਦੇ ਟਾਂਚੇ ਨੂੰ ਲੈ ਕੇ ਨਰਮੀ ਵਰਤ ਰਹੀ ਹੈ ਤੇ ਉੱਥੇ ਗੈਰ ਕਾਨੂੰਨੀ ਤਰੀਕੇ ਦੇ ਨਾਲ ਰਹਿਣ ਵਾਲਿਆਂ ਦੇ ਖਿਲਾਫ ਸਾਕਤੇ ਦੇ ਨਾਲ ਕੰਮ ਕੀਤਾ ਜਾ ਰਿਹਾ ਜੇਕਰ ਕੋਈ ਵਿਅਕਤੀ ਇੰਗਲੈਂਡ ਵਿੱਚ 1 ਕਰੋੜ ਪਾਉਂਡ ਨਿਵੇਸ਼ ਕਰਦਾ ਹੈ ਤਾਂ ਉਸ ਨੂੰ 3 ਸਾਲਾਂ ਦੇ ਅੰਦਰ-ਅੰਦਰ ਬ੍ਰਿਟਾਨੀਆ ਵਿੱਚ ਪੱਕੇ ਤੌਰ ਤੇ ਹਮੇਸ਼ਾ ਰਹਿਣ ਦਾ ਅਧਿਕਾਰ ਪ੍ਰਾਪਤ ਹੁੰਦਾ ਹੈ ਤੇ ਉੱਥੇ ਹੀ ਨਾਗਰਿਕਤਾ ਵੀ ਹਾਸਲ ਕਰਨ ਦਾ ਹੱਕਦਾਰ ਬਣ ਜਾਂਦਾ ਹੈ ਤੇ ਗੋਲਡਨ ਵੀਜ਼ਾ ਨਿਯਮਾਂ ਦੇ ਤਹਿਤ ਘੱਟੋ-ਘੱਟ 20 ਲੱਖ ਪਾਉਂਡ ਨਿਵੇਸ਼ ਕਰਨ ਵਾਲੇ ਬ੍ਰਿਟਾਨੀਆ ਨੂੰ 3 ਸਾਲ ਦੇ ਲਈ ਰਹਿਣ ਦਾ ਅਧਿਕਾਰ ਮਿਲ ਜਾਂਦਾ ਤੇ ਬ੍ਰਿਟਾਨੀਆ ਵਿੱਚ ਇਹ ਵੀਜ਼ਾ ਹਾਸਲ ਕਰਨ ਵਾਲਿਆਂ ਵਿੱਚ ਚੀਨੀਆ ਦੀ ਗਿਣਤੀ ਸਭ ਤੋਂ ਵਧੇਰੇ ਹੈ